ਤਰਨ ਤਾਰਨ ਬੋੜੀ ਚੌਂਕ ਨਜ਼ਦੀਕ OBC ਬੈਂਕ ਦੀ ਬਿਲਡਿੰਗ 'ਤੇ ਅੱਗ ਲੱਗਣ ਨਾਲ ਸਨਸਨੀ ਫੈਲ ਗਈ। ਇਸ ਬਿਲਡਿੰਗ 'ਚ ਓਰੇਨ ਪਾਰਲਰ ਅਤੇ ਟ੍ਰੇਨਿੰਗ ਸੈਂਟਰ ਵੀ ਚੱਲ ਰਿਹਾ ਹੈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕੁਝ ਹੀ ਸਮੇਂ 'ਚ ਅੱਗ 'ਤੇ ਕਾਬੂ ਪਾ ਲਿਆ। ਇਸ ਸੰਬੰਧੀ ਬੈਂਕ ਮੈਨੇਜਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਨੁਕਸਾਨ ਹੋਣ ਤੋਂ ਬਚਾ ਲਿਆ ਹੈ। ਮੈਨੇਜਰ ਦਿਨੇ ਓਵਰਸੀਜ਼ ਆਪਣਾ OBC ਬੈਂਕ ਸਰ, ਅੱਜ ਸਵੇਰੇ ਜਦੋਂ ਲਾਈਟ ਗਈ ਸੀ, ਅਸੀਂ ਜਨਰੇਟਰ ਔਨ ਕੀਤਾ 10 ਵਜੇ ਦੇ ਨਾਲ, ਅਤੇ ਇੱਕਦਮ ਬਹੁਤ ਮਤਲਬ ਕਿ ਲਾਈਟ ਚੱਲੀ ਨਹੀਂ, ਬਹੁਤ ਜ਼ਿਆਦਾ ਅੱਗ ਨਿਕਲੀ, ਧੂੰਆਂ ਵਗੈਰਾ ਨਿਕਲਿਆ। ਉਸ ਵੇਲੇ ਮੇਰਾ ਲੜਕਾ ਆਇਆ ਔਰ ਦੇਖਿਆ ਕਿ ਵੀ ਕੀ ਹੈ। ਫਿਰ ਨੀਚੋਂ ਅਸੀਂ ਪੰਪ ਵਗੈਰਾ ਲਿਆਉਂਦੇ, ਫਾਇਰ ਪਰੂਫ ਉਹ ਲਗਾ ਕੇ ਚਾਰੋਂ ਪੰਪ ਸੀ, ਚਾਰੋਂ ਸਪਰੇਅ ਕੀਤੇ ਔਰ ਉਹਦੇ ਨਾਲ ਅੱਗ ਹੋਰ ਭੜਕੀ ਇਮੀਡੀਏਟਲੀ। ਫਿਰ ਸਾਨੂੰ ਕੁਛ ਸੁੱਝਿਆ ਨਹੀਂ, ਫਿਰ ਅਸੀਂ ਫਾਇਰ ਸਟੇਸ਼ਨ ਫੋਨ ਕੀਤਾ, ਉਹਨਾਂ ਨੂੰ ਬੁਲਾਇਆ, ਇਨਫੋਰਮੇਸ਼ਨ ਦਿੱਤੀ ਔਰ ਉਹ ਗਾੜੀ ਉਸੇ ਵੇਲੇ ਆ ਗਈ ਔਰ ਹੁਣ ਅੱਗ ਥੋੜ੍ਹੀ ਬੁਝਾ ਦਿੱਤੀ ਗਈ ਹੈ, ਪਰ ਕੋਈ ਵੀ ਨੁਕਸਾਨ ਵਗੈਰਾ ਮਾਲੀ ਨੁਕਸਾਨ ਨਹੀਂ। ਹੁਣ ਅਸੀਂ ਆਪਣੇ ਇਲੈਕਟ੍ਰੀਸ਼ੀਅਨ ਨੂੰ ਦਿਖਾ ਕੇ ਚੈੱਕ ਕਰਵਾ ਦਿੰਦੇ ਕਿ ਮਤਲਬ ਕਿ ਫਾਲਟ ਹੋਇਆ, ਕਿਸ ਕਰਕੇ ਪ੍ਰੋਬਲਮ ਆਈ ਹੈ। ਤਾਂ ਬੁੜੀ ਚੰਗ ਅੱਗ ਲੱਗ ਗਈ ਹੈ, ਤਾਂ ਅਸੀਂ ਇਮੀਡੀਏਟਲੀ ਕਮੇਟੀ ਕਰ ਗਏ, ਉੱਥੋਂ ਗੱਡੀ ਲੈ ਕੇ ਅਤੇ ਇੱਥੇ ਮੌਕੇ 'ਤੇ ਪਹੁੰਚੇ ਜੀ। ਹਾਲਾਤ ਅੱਗ ਲੱਗੀ ਹੋਈ ਸੀ 3ਜੀ ਮੰਜ਼ਿਲ 'ਤੇ, ਫਿਰ ਜਾ ਕੇ ਅਤੇ ਕਾਫੀ ਅੱਗ ਲੱਗੀ ਹੋਈ ਸੀ। ਨਾ ਹੁੰਦੀ ਤਾਂ ਬਥੇਰਾ ਹੋਣਾ ਜੀ ਫਾਇਰ ਬ੍ਰਿਗੇਡ, ਉਸ ਮੈਂ ਇਮੀਡੀਏਟਲੀ ਮੁਲਾਜ਼ਮ ਸਾਰੇ ਮਿਲ ਗਏ, ਉਸੇ ਗੱਡੀ ਲੈ ਕੇ ਤੁਰ ਪਏ। ਬਿਲਡਿੰਗ ਦੇ ਵਿੱਚ ਪਤਾ ਨਹੀਂ ਕੀ ਹੋਊਗਾ, ਅਸੀਂ ਤਾਂ ਉੱਪਰ ਆ ਗਏ, ਇਹ 3ਜੀ ਮੰਜ਼ਿਲ ਹੈ ਜੀ।